ਤੇ ਆ ਬੁਲਟਾਂ ਦੇ ਵੇਖੋ ਕੀ ਲਿਖਿਆ ਬਈ ਬਈ ਆ ਕੁੜੀ ਤਵੀਤ ਕਰਦੀ ਆ ਆ ਬੁਲਟ ਚੈੱਕ ਕਰੋ ਪੁਰਾਣਾ ਪਾਪੀ ਆ ਨੰਬਰ ਪਲੇਟ ਹੀ ਹੈ ਨੀ ਅਜੇ ਚਲਾਣ ਨੂੰ ਹੱਥ ਮਗਰੋਂ ਪਾਈ ਦਾ ਹਰ ਬੰਦੇ ਦਾ ਫੋਨ ਆਉਣਾ ਸ਼ੁਰੂ ਹੋ ਜਾਂਦਾ ਕੋਈ ਇਹਦਾ ਮੈਂ ਸਿਆਸੀ ਬੰਦਾ ਕੋਈ ਸਰਪੰਚ ਆ ਕੋਈ ਕਿਸੇ ਦਾ ਸਹਾਰਾ ਲੈਂਦਾ ਆਹ ਤੁਹਾਡੇ ਸਾਹਮਣੇ ਆ ਵੇਖੋ ਜੀ ਆਹ ਵੇਖੋ ਆਹ ਪੁਰਾਣਾ ਪਾਪੀ ਲਿਖਿਆ ਜੀ ਬੁਲੇਟ ਮੋਟਰਸਾਈਕਲ ਤੇ ਲਿਖਿਆ ਸੀ ਪੁਰਾਣਾ ਪਾਪੀ ਕੁੜੀ ਟਵੀਟ ਕਰਦੀ ਅੱਗੇ ਲੱਗਾ ਸੀ ਪੁਲਿਸ ਦਾ ਨਾਕਾ ਜਦੋਂ ਐਸ ਐਚ ਓ ਨੇ ਘੇਰੇ ਫਿਰ ਦੇਖੋ ਕਿੱਦਾਂ ਕਿੱਦਾਂ ਦੇ ਲੋਕ ਆਏ ਕਾਬੂ ਆਉਂਦਿਆਂ ਹੀ ਆਉਣੀਆਂ ਨਾਲ ਹੀ ਆਉਣੀਆਂ ਸ਼ੁਰੂ ਹੋ ਗਈਆਂ ਸਿਫਾਰਸ਼ਾਂ ਐਸ ਐਚ ਓ ਨੇ ਲਾਈ ਇਹਨਾਂ ਲੋਕਾਂ ਦੀ ਕਲਾਸ ਕੁਝ ਲੋਕ ਘਰੋਂ ਨਿਕਲੇ ਤਾਂ ਸੀ ਮੋਟਰਸਾਈਕਲ 'ਤੇ ਪਰ ਘਰ ਵਾਪਸ ਗਏ ਬੱਸ 'ਤੇ ਜਾਂ ਪੈਦਲ ਜਾਂ ਤੁਰ ਕੇ ਜਾਣਾ ਪਿਆ ਘਰ ਨੂੰ ਮੌਕੇ ਉੱਤੇ ਮੋਟਰਸਾਈਕਲ ਦੇ ਸਟਿੱਕਰ ਪੜ ਪੜ ਸੁਣਾਏ ਐਸ ਐਚ ਓ ਨੇ ਇਹ ਤਸਵੀਰਾਂ ਬਟਾਲਾ ਦੀਆਂ ਹਨ ਇੱਥੇ ਅਲੀਵਾਲ ਨੇੜੇ ਐਸ ਐਚ ਓ ਹਰਵਿੰਦਰ ਸਿੰਘ ਨੇ ਨਾਕਾ ਲਗਾ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕੀਤੀ ਤਾੜਨਾ ਬਖਸ਼ੇ ਨਹੀਂ ਜਾਓਗੇ ਅਦਰਵਾਈਜ਼ ਕਾਨੂੰਨ ਦੀ ਉਲੰਘਣਾ ਕਰੋਗੇ ਤਾਂ ਪੁਲਿਸ ਜਿਹੜੀ ਹੈਗੀ ਆ ਉਹ ਤੁਹਾਡਾ ਚਲਾਨ ਕਰੇਗੀ ਜਾਂ ਗੱਡੀ ਬੰਦ ਕਰੇਗੀ ਜਾਂ ਬੌਂਡ ਕਰੇਗੀ ਆਓ ਦੇਖਦੇ ਹਾਂ ਕੀ ਆ ਪੂਰਾ ਮਾਮਲਾ ਹੁਣ ਤੱਕ 7 ਚਲਾਨ ਕਰਤੇ ਆ 2 ਬੁਲਟ ਦੇ ਕੀਤੇ ਆ ਇੱਕ ਛੋਟੇ ਹਾਥੀ ਨੂੰ ਬੰਦ ਕੀਤਾ 2 ਬੁਲਟ ਬੰਦ ਕੀਤੇ ਆ ਅਤੇ 4 ਬਿਨਾਂ ਡਾਕੂਮੈਂਟ ਬਿਨਾਂ ਮਤਲਬ ਵਿਦਾਊਟ ਹੈਲਮਟ ਵਗੈਰਾ ਕੀਤੇ ਆ ਅਤੇ ਆਹ ਬੁਲਟਾਂ ਦੇ ਵੇਖੋ ਕੀ ਲਿਖਿਆ ਬਈ ਬਈ ਆਹ ਕੁੜੀ ਤਵੀਤ ਕਰਦੀ ਆ ਆਹ ਬੁਲਟ ਚੈੱਕ ਕਰੋ ਪੁਰਾਣਾ ਪਾਪੀ ਆਹ ਨੰਬਰ ਪਲੇਟ ਹੀ ਹੈ ਨਹੀਂ ਇਹ ਲੋਕ ਜਿਹੜੇ ਕੀ ਕਰਨਗੇ ਇੱਥੇ ਮਤਲਬ ਇੱਕ ਪਰੂਫ ਹੀ ਹੈ ਨਹੀਂ ਕਿਸੇ ਕੋਲ ਕੋਈ ਆਉਂਦੇ ਆ ਜੀ ਬਹੁਤ ਜ਼ਿਆਦਾ ਅਜੇ ਚਲਾਨ ਨੂੰ ਹੱਥ ਮਗਰੋਂ ਪਾਈ ਦਾ ਅਤੇ ਹਰ ਬੰਦੇ ਦਾ ਫੋਨ ਆਉਣਾ ਸ਼ੁਰੂ ਹੋ ਜਾਂਦਾ ਕੋਈ ਇਹਦਾ ਮੈਂ ਸਿਆਸੀ ਬੰਦਾ ਕੋਈ ਸਰਪੰਚ ਆ ਕੋਈ ਕਿਸੇ ਦਾ ਸਹਾਰਾ ਲੈਂਦਾ ਆਹ ਤੁਹਾਡੇ ਸਾਹਮਣੇ ਆ ਵੇਖੋ ਜੀ ਆਹ ਵੇਖੋ ਆਹ ਪੁਰਾਣਾ ਪਾਪੀ ਲਿਖਿਆ ਜੀ ਆਹ ਹਾਰਨ ਆ ਵੇਖੋ ਕਿੱਡੇ ਕਿੱਡੇ ਵੱਡੇ ਹਾਰਨ ਆ ਵੇਖੋ ਇੱਕ ਆਹ ਵੇਖੋ ਆਹ ਹੈ ਕੋਈ ਲਾ ਇਹਦਾ ਕੋਈ ਤੁਸੀਂ ਦੱਸੋ ਅਸੀਂ ਦੇਖੋ ਬੇਨਤੀ ਕਰਦੇ ਵੀ ਆਪਣਾ ਸੁਧਾਰ ਕਰੋ ਆਹ ਵੇਖੋ ਜੀ ਹੈ ਬੰਦਾ ਨੂੰ ਪਾ ਰਿਹਾ ਤੇ ਅਫਸਰ ਲਿਖਿਆ ਠੀਕ ਨੀ ਗੱਲ ਮਤਲਬ ਲੋਕ ਆਪਣਾ ਕਾਨੂੰਨ ਦੀ ਪਾਲਣਾ ਕਰਨ ਡਾਕੂਮੈਂਟ ਪੂਰੇ ਬਣਾਉਣ ਆਹ ਵੇਖੋ ਉਹ ਗਲਤ ਆ ਤੇ ਉਹ ਬਹਿਸ ਕਰਨ ਡਿਆ ਦੇਖੋ ਕਿਹੜੇ ਖੂਹ ਪਾਵਾਂਗੇ ਆਪਾਂ ਹੈ ਕੋਈ ਲਾਅ ਆਰਡਰ ਦੀ ਚੀਜ਼ ਹੀ ਹੈ ਨੀ ਮਗਰ ਕੋਈ ਪਤਾ ਨੀ ਅਜੇ ਚਲਾਣ ਨੂੰ ਮਗਰੋਂ ਹੱਥ ਪਾਈਦਾ ਦੇ ਫੋਨ ਤੇ ਫੋਨ ਦੇ ਫੋਨ ਤੇ ਫੋਨ ਨੰਬਰ ਹੀ ਮਾਜੀ ਚਲਾਨ ਹੋ ਗਿਆ ਪਲੀਜ਼ ਰਿਕੁਐਸਟ ਲਿਖਿਆ ਬਾਈ ਬਾਈ ਹੈ ਕੋ ਗੱਲ ਤੁਸੀਂ ਦੱਸੋ ਤੁਸੀਂ ਆਪ ਸੈਂਡ ਕਰੀਏ